ਹਾਂਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ, ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ, ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ, ਸੋ ਕਰ ਲਓ ਸਬ। ਇੱਥੋਂ ਦੀ ਨਵੀਂ ਬਸਤੀ ਵਿੱਚ ਇੱਕ ਵਿਆਹਤਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਵਿਆਹਤਾ ਵੱਲੋਂ ਫਾਹ ਲਗਾ ਕੇ ਖੁਦਕੁਸ਼ੀ ਕੀਤੀ ਗਈ ਹੈ, ਜਦਕਿ ਵਿਆਹਤਾ ਦੇ ਪਰਿਵਾਰ ਵਾਲਿਆਂ ਨੇ ਸਹੁਰਾ ਤੇ ਦਾਜ ਨਾ ਮਿਲਣ ਕਰਕੇ ਕਤਲ ਕਰਨ ਦੇ ਗੰਭੀਰ ਦੋਸ਼ ਲਗਾਏ ਨੇ। ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਰੂਪੀ ਦਾ ਵਿਆਹ ਅੱਜ ਤੋਂ 2 ਸਾਲ ਪਹਿਲਾਂ ਗਣੇਸ਼ਾ ਬਸਤੀ ਵਿੱਚੋਂ ਪਨੀਤ ਗਰਗ ਦੇ ਲੜਕੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹੀ ਉਸਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗ ਗਿਆ। ਜੇਕਰ ਉਹ ਕੋਈ ਵੀ ਚੀਜ਼ ਧੀ ਦੇ ਸਹੁਰੇ ਪਰਿਵਾਰ ਭੇਜਦੇ ਸਨ ਤਾਂ ਉਹਨਾਂ ਨੂੰ ਪਸੰਦ ਨਹੀਂ ਸੀ ਆਉਂਦੀ। ਉਹਨਾਂ ਨੇ ਕਿਹਾ ਕਿ ਦਾਜ ਦੀ ਮੰਗ ਨੂੰ ਲੈ ਕੇ ਸਹੁਰੇ ਪਰਿਵਾਰ ਵਾਲੇ ਰੂਬੀ ਦੀ ਕਈ ਵਾਰ ਕੁੱਟਮਾਰ ਵੀ ਕਰ ਚੁੱਕੇ ਨੇ। ਸਾਡੇ ਕੋਲ ਕੱਲ੍ਹ ਫੋਨ ਆਇਆ ਜੀ, ਲੜਕੀ ਦਾ ਪੁਨੀਤ ਜੀ ਹੈ ਜੀ, ਪੁਨੀਤ ਗਰਗ ਦਾ ਜੀ, ਕਹਿੰਦਾ ਵੀ ਤੁਸੀਂ ਆਪਦੀ ਲੜਕੀ ਨੂੰ ਆ ਕੇ ਲੈ ਜਾਓ ਅਤੇ ਨਹੀਂ ਅਸੀਂ ਮਾਰ ਦਾਂਗੇ ਲੜਕੀ। ਅਸੀਂ ਆਖਿਆ ਚਲੋ ਕੋਈ ਗੱਲ ਨਹੀਂ ਜੀ, ਆ ਕੇ ਲੈ ਜਾਂਗੇ ਅਸੀਂ। ਫਿਰ ਉਹਨਾਂ ਦਾ ਸ਼ਾਮੀ ਫੋਨ ਆਉਂਦਾ ਜੀ, ਕਹਿੰਦਾ ਜੀ ਨਾ, ਉਹ ਕਹਿੰਦਾ ਸਰ ਗਿਆ ਜੀ, ਇਹ ਦੂਆ ਸਾਡੇ ਕੋਲ ਕੋਈ ਫੋਨ ਨਹੀਂ ਆਇਆ। ਪਹਿਲਾਂ ਸਾਡੇ ਕੋਲ ਫੋਨ ਆਉਂਦੇ ਰਹਿੰਦੇ ਸੀਗੇ ਜੀ ਦਾਜ ਵਗੈਰਾ ਵਾਸਤੇ, ਵੀ ਸਾਨੂੰ ਰੁਪਈਏ ਚਾਹੀਦੇ ਆ ਜੀ, ਕਦੇ ਕੋਈ ਚੀਜ਼ ਆਈਟਮ ਭੇਜਦੇ ਸੀ ਉਹ ਪਸੰਦ ਨਹੀਂ ਆਉਂਦੀ ਸੀ ਇਹਨਾਂ ਦੇ, ਕਦੇ ਕੁਛ ਡਿਮਾਂਡ ਕਰਦੇ ਸੀ, ਕਦੇ ਕੋਈ ਡਿਮਾਂਡ ਕਰਦੇ ਸੀਗੇ ਜੀ। 15 ਕੁ ਦਿਨ ਹੋ ਗਏ ਜਾ ਕੇ ਵੀ ਆਏ, ਉਹਦੇ ਇਹਨਾਂ ਨੇ ਲੜਕੀ ਕੁੱਟੀ ਹੈ ਜੀ, ਗੱਲਾਂ ਗੁੱਲਾਂ ਸੁੱਜੀਆਂ ਪਈਆਂ ਸੀਗੀਆਂ ਜੀ, ਬਹੁਤ ਜ਼ਿਆਦਾ ਕੁੱਟੀ ਹੈ ਲੜਕੀ। ਬਸ ਸਾਡੇ ਕੋਲ ਕੱਲ੍ਹ ਫੋਨ ਆਇਆ ਜੀ, ਲਾਸਟ ਤੋਂ ਦੁਬਾਰਾ ਸਾਡੇ ਕੋਲ ਸੁਬਹਾ ਫੋਨ ਆਇਆ ਵੀ ਕੁੜੀ ਦੀ ਡੈਥ ਹੋ ਗਈ। ਸਾਨੂੰ ਇੱਕ ਇਨਫੋਰਮੇਸ਼ਨ ਗਈ ਸੀਗੀ ਇੱਥੋਂ ਹਸਪਤਾਲ ਦੇ ਵਿੱਚੋਂ, ਇੱਕ ਲੇਡੀ ਰੂਬੀ ਦੀ ਹੈ, ਵਾਈਫ ਆਫ ਪੁਨੀਤ ਹੈ ਜਿਹੜਾ ਨਵੀਂ ਬਸਤੀ ਰਹਿਣ ਵਾਲੀ ਹੈ ਬਠਿੰਡੇ ਦੀ, ਉਹਦੀ ਡੈਡ ਬੋਡੀ ਸੇਵਾ ਕਰ ਸਕਦੀ ਹੈ। ਇੱਥੇ ਆਏ ਹਾਂ ਅਸੀਂ, ਉਹਦੀ ਮੈਂ ਡੈਡ ਬੋਡੀ ਦੇਖੀ ਹੈ, ਉਹਦੇ ਪੇਰੈਂਟਸ ਨੂੰ ਬੁਲਾਇਆ ਹੋਇਆ, ਜੋ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਥੋੜ੍ਹਾ ਚਿਰ ਪਹਿਲਾਂ ਜਿਹੜਾ ਆਪਸੀ ਮੁੰਡਾ ਇੱਥੇ ਉਹ ਐਡਮਿਟ ਸੀਗਾ, ਜਿਹੜਾ ਕਿ ਮੇਰੇ ਘਰ 'ਚ ਉੱਥੋਂ ਚਲਾ ਗਿਆ ਜੀ, ਉਹਦੇ ਬਾਰੇ ਮੈਨੂੰ ਨਹੀਂ ਪਤਾ, ਨਹੀਂ ਮੈਨੂੰ ਨਹੀਂ ਪਤਾ ਜੀ। ਉਹਦੇ ਮੌਤ ਕਿਸ ਤਰ੍ਹਾਂ ਹੋਈ ਹੈ ਜੀ? ਮੌਤ ਜਿਹੜਾ ਮੈਂ ਡਾਕਟਰ ਸਾਹਿਬ ਨੂੰ ਨਾਲ ਲੈ ਗਿਆ ਸੀ, ਹੈਂਗਿੰਗ ਹੈ ਜੀ, ਬਾਕੀ ਸਾਰਾ ਕਲੀਅਰ ਪੋਸਟਮਾਰਟਮ ਤੋਂ ਹੋਊ। ਉਹਨਾਂ ਨੇ ਦੱਸਿਆ ਕਿ ਅਜੇ ਬੀਤੇ ਦਿਨ ਹੀ ਸਹੁਰਾ ਪਰਿਵਾਰ ਵੱਲੋਂ ਫੋਨ ਆਇਆ ਸੀ ਕਿ ਉਹ ਆ ਕੇ ਆਪਣੀ ਧੀ ਨੂੰ ਲੈ ਜਾਣ। ਉਹਨਾਂ ਨੇ ਫੇਰ ਸ਼ਾਮ ਨੂੰ ਫੋਨ ਕਰਕੇ ਕਿਹਾ ਕਿ ਉਹ ਹੁਣ ਨਾ ਆਉਣ। ਬਾਅਦ ਵਿੱਚ ਉਸਦੇ ਸਹੁਰੇ ਪਰਿਵਾਰ ਵੱਲੋਂ ਕੋਈ ਵੀ ਫੋਨ ਨਹੀਂ ਆਇਆ। ਉਹਨਾਂ ਨੇ ਕਿਹਾ ਕਿ ਅੱਜ ਸਵੇਰੇ ਸਾਨੂੰ ਰੂਬੀ ਦੇ ਸਹੁਰੇ ਪਰਿਵਾਰ ਦਾ ਫੋਨ ਆਇਆ ਤੇ ਪਤਾ ਲੱਗਾ ਕਿ ਰੂਬੀ ਦੀ ਮੌਤ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਅੱਜ ਹੀ ਰੂਬੀ ਦੇ ਵਿਆਹ ਦੀ ਵਰ੍ਹੇਗੰਢ ਸੀ, ਬਹੁਤਾ ਦਾ 1 ਸਾਲ ਦਾ ਇੱਕ ਲੜਕਾ ਵੀ ਦੱਸਿਆ ਜਾ ਰਿਹਾ ਹੈ। ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ, ਬਣਦੀ ਕਾਰਵਾਈ ਕੀਤੀ ਜਾਵੇ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।